ਸਿਮਰਤ ਸ਼ਾਸਤਰ ਦੀ ਗੱਲ ਕਰਨੀ ਠੀਕ ਨਹੀਂ, ਜਦ ਅਸੀਂ ਅਸੀਂ ਖਿਲਾਫ ਆਪ ਖਿਲਾਫ ਖਿਲਾਫ ਵਾਲੇ ਦੀ ਗੱਲ ਕਰਨ ਦਾ ਲਾਭ ਕੀ ਹੈ ਇਹ ਦੱਸੋ। ਛੱਡੋ ਇਹਨੂੰ, ਤੁਸੀਂ ਕੰਮ ਦੀ ਗੱਲ ਕਰੋ, ਅਕਲ ਦੀ ਗੱਲ ਕਰੋ। ਜੋ ਚੀਜ਼ ਤੁਸੀਂ ਵੀ ਗਲਤ ਕਹਿ ਰਹੇ ਹੋ ਅਸੀਂ ਵੀ ਕਹਿੰਦੇ, ਵਾਰ ਵਾਰ ਉਹਦਾ ਰਿਪੀਟ ਕਰਨਾ, ਨਿਕਲੂ ਕੀ ਉਹ ਚੋਂ, ਦੱਸੋ ਕੀ ਨਿਕਲੂ ਉਹ ਚੋਂ। ਇਹ ਸਵਾਲ ਨਹੀਂ ਹੈ ਕੋਈ, ਇਹ ਪਾਗਲਾਂ ਨੇ ਸਵਾਲ ਨਹੀਂ ਕਰਨੇ ਹੈਗੇ, ਇਹਨੂੰ ਬੰਦ ਕਰੋ। ਚੰਡ ਚਿਤਾਰੀ ਕਾਲਕਾ ਮਨ ਬਾਹਲਾ ਰੋਸ ਵਢਾਇਕ ਹੈ, ਮਨ ਬਾਹਲਾ ਰੋਸ ਵਢਾਇਕ ਹੈ। ਰੋਸ ਕਰਕੇ ਐਵੇਂ ਟਾਈਮ ਵੇਸਟ ਕਰਦੇ ਹੋ, ਅਕਲ ਦੀ ਗੱਲ ਕਰੋ। ਅਕਲ ਦੀ ਗੱਲ ਹੈ ਕਿਸੇ ਕੋਲ ਬੋਲਣ, ਚੁੱਪ ਕਰਕੇ ਬਹਿ ਜਾਓ ਸਾਰੇ। ਬੇਅਕਲੀ ਦੀਆਂ ਗੱਲਾਂ ਦਾ ਕੀ ਫਾਇਦਾ, ਬੇਸਰ ਪੈਰ ਦੀਆਂ। ਜਿਹਨਾਂ ਗੱਲਾਂ ਨੂੰ ਤੁਸੀਂ ਨਹੀਂ ਮੰਨਦੇ, ਅਸੀਂ ਨਹੀਂ ਮੰਨਦੇ, ਉਹ ਆਪਾਂ ਚਰਚਾ 'ਚ ਕਿਉਂ ਲਿਆਈਏ। ਜੇ ਉਹ ਗਲਤ ਮੰਨਿਆ ਨੇ, ਸਭ ਕੁਛ ਗਲਤ ਹੈ, ਤਾਂ ਬੈਠੇ ਨੇ ਟੇਕੇ। ਤੁਸੀਂ ਬੈਠਣਾ ਕਿ ਨਹੀਂ ਬੈਠਣਾ, ਤੁਸੀਂ ਦੱਸੋ ਤੁਹਾਡੇ ਕੋਲ ਕੀ ਹੈ, ਆਧਾਰ ਕੀ ਹੈ। ਤੁਸੀਂ ਆਪਣਾ ਜਵਾਬ ਦਿਓ ਵੀ ਆਦਮੀ ਪਰਮਾਤਮਾ ਹੁੰਦਾ ਹੈ, ਤੁਸੀਂ ਜਿਹੜੇ ਬਣੇ ਹੋਏ ਹੋ, ਤੁਹਾਡਾ ਆਧਾਰ ਕੀ ਹੈ। ਆਪਣੀ ਗੱਲ ਕਰੋ, ਤੁਸੀਂ ਇਹਨਾਂ ਦੀ ਛੱਡੋ। ਇਹ ਤਾਂ ਮਨ ਫਰੋਡ ਕੀਤਾ, ਜੋ ਕੁਛ ਕੀਤਾ ਸੀ ਗਲਤ ਕੀਤਾ। ਤੁਸੀਂ ਦੱਸੋ, ਆਪਣਾ ਹੀ ਗੱਲ ਕਰੋ, ਹੁਣ ਤੁਸੀਂ ਇਹਨਾਂ ਦੀ ਨਾ ਕਰੋ, ਇਹ ਸਾਡੀ ਕਰੋ, ਸਾਡੇ 'ਚ ਕੀ ਗਲਤੀ, ਆਪਣੀ ਕਰੋ। ਜਿਹੜਾ ਆਦਮੀ ਹਾਰ ਖਾ ਗਿਆ, ਹਥਿਆਰ ਸੁੱਟ ਗਿਆ, ਲੜਾਈ ਕਰਦਾ ਹੀ ਨਹੀਂ, ਉਹਦੀ ਗੱਲ ਕੀ ਕਰਨੀ। ਪਿੱਛੇ ਕੀ ਕਰਦਾ ਸੀ, ਸਾਨੂੰ ਕੀ ਲੱਗੇ, ਤੁਹਾਨੂੰ ਕੀ ਲੱਗੇ, ਤੁਸੀਂ ਦੱਸੋ। ਅਸੀਂ ਉਹਦੀ ਮਦਦ 'ਤੇ ਕੋਈ ਨਹੀਂ, ਉਹ ਬਿਨਾਂ ਲੜਾਈ ਹਾਰ ਮੰਨੇ ਨੇ। ਥੋਤੋਂ ਡਰਦੇ ਆਏ ਨੇ ਸਾਡੇ ਕੋਲ ਵੀ, ਅਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ। ਤੁਸੀਂ ਉਹਨਾਂ ਨੂੰ ਹੁਣ, ਤੁਸੀਂ ਸਾਡਾ ਜਿਹੜਾ ਧਰਮ ਹੈ, ਤੁਹਾਡੇ ਵਾਲਾ ਜਿਹੜਾ ਧਰਮ ਹੈ, ਅਸੀਂ ਸੁਧਰ ਜਾਂਦੇ ਹਾਂ, ਤੁਸੀਂ ਕਹਿੰਦੇ ਰਹੇ ਅਸੀਂ ਸੁਧਰੇ ਨਹੀਂ, ਗੁਰਬਾਣੀ ਕਹਿੰਦੇ ਰਹੇ ਸਿੱਖ ਸੁਧਰੇ ਨਹੀਂ, ਅਤੇ ਜਦੋਂ ਫਿਰ ਹੋਰ ਆ ਗਏ ਤਰਕਸ਼ੀਲ ਆ ਗਏ, ਜਵਾਬ ਹੈ ਨਹੀਂ ਕਿਤੇ ਛੁਪਣ ਨੂੰ ਥਾਂ, ਜਦੋਂ ਇਹਨਾਂ ਨੂੰ ਸਿਰ ਲਗਾਉਣ ਨੂੰ ਨਹੀਂ ਮਿਲੂ, ਫਿਰ ਆ ਜਾਣਗੇ ਵੀ ਭਾਈ ਜਿਹੜਾ ਕੋਈ ਹੁਣ ਲੱਭੋ, ਜੇ ਕੋਈ ਜਾਣਦਾ ਗੁਰਬਾਣੀ, ਗੁਰਬਾਣੀ ਉਹ ਬਚਾਊਗੀ, ਗੁਰੂ ਇਹ ਬਚਾਊਗਾ, ਹੋਰ ਤਾਂ ਕਿਸੇ ਨੇ ਬਚਾਉਣਾ ਨਹੀਂ। ਗੁਰੂ ਬਿਨਾਂ ਕਿਤੇ ਸਿਰ ਛੁਪਾਉਣ ਨੂੰ ਜਗ੍ਹਾ ਇਹਨਾਂ ਨੂੰ ਮਿਲਣੀ ਹੋਈ ਨਹੀਂ ਹੈ, ਜਿਹੜੇ ਗੁਰੂ ਨੂੰ ਛੱਡੀ ਫਿਰਦੇ ਨੇ। ਜੇ ਤਾਂ ਕਹਾਉਣਾ ਸਿੱਖ, ਕਾਹਦਾ ਛੱਡ ਆਉਣਾ ਪਊ ਗੁਰਬਾਣੀ ਦੀ। ਹੁਣ ਕਰਿਆ ਹੈ ਫਰੋਡ, ਨਾ ਗੁਰਬਾਣੀ ਦਾ ਛਾਲ ਨਾ ਫੜੀ ਹੈ, ਮਰਜ਼ੀ ਸਾਡੀ ਚੱਲਦੀ ਹੈ। ਕਾਲ ਤਖਤਾ ਗੁਰਬਾਣੀ ਦਾ ਨਾਂ ਹੈ, ਗੁਰਬਾਣੀ ਦੇ ਗੁਰੂ ਦਾ ਤਾਂ ਨਾਂ ਵਰਤਦੇ ਨੇ, ਮਰਜ਼ੀ ਆਪਣੀ ਚਲਾਉਂਦੇ ਨੇ। ਸਭ ਨੂੰ ਪਤਾ ਮਰਜ਼ੀ ਆਪਣੀ ਚਲਾਉਂਦੇ ਨੇ। ਜਦੋਂ ਬਾਦਲ ਦੇ ਖਿਲਾਫ ਐਕਸ਼ਨ ਲੈਣ ਲੱਗਿਆ ਸੀ ਪ੍ਰੋਫੈਸਰ ਮਨਜੀਤ ਸਿੰਘ, ਮਨਜੀਤ ਸਿੰਘ ਬਾਦਲ ਦੇ ਨਾਲ ਸਾਰੀ ਜਨਤਾ ਚਲੀ ਗਈ, ਮਨਜੀਤ ਸਿੰਘ ਅੰਦਰ ਵੜ ਕੇ ਬਚਿਆ ਬਾਥਰੂਮ 'ਚ, ਬਾਥਰੂਮ 'ਚ ਕਹਿੰਦੇ ਅਸੀਂ ਅਕਾਲ ਤਖ਼ਤ ਨੂੰ ਮੰਨਦੇ ਹਾਂ, ਬੰਦੇ ਨੂੰ ਨਹੀਂ ਮੰਨਦੇ, ਵੀ ਅਕਾਲ ਤਖ਼ਤ ਦੀਆਂ ਇੱਟਾਂ ਬੋਲਣਗੀਆਂ। ਹੁਣ ਅਕਾਲ ਤਖ਼ਤ ਮਹਾਨ ਕਿਹਨੂੰ ਦੱਸਦੇ ਹੋ, ਵੀ ਲੋਕਾਂ ਨੂੰ ਪਤਾ ਨਹੀਂ ਹੈ ਅਕਾਲ ਤਖ਼ਤ ਦਾ ਕੀ ਮਹਾਨ ਹੈ, ਵੀ ਅਕਾਲ ਤਖ਼ਤ ਨੂੰ ਬੋਲਣ ਦਿਓ। ਜੋ ਮਨੀ ਸੋਹਣਾ ਕਿਹਾ ਸੀ ਵੀ ਸਰੋਵਰ 'ਚ ਚਿੱਠੀਆਂ ਸੁੱਟ ਦਿਓ, ਜਿਹੜੀ ਡੁੱਬ ਜੂ ਜਾਂ ਤਰ ਜੂ, ਜਾਂ ਤਾਂ ਫਿਰ ਇਹ ਰੱਖੋ ਜਿਹੜਾ ਪਿੱਛੇ ਰੱਖਦੇ ਆ, ਜਿਹੜਾ ਝੂਠਾ ਉਹਦੀ ਚਿੱਠੀ ਡੁੱਬ ਜੂ, ਸੱਚੇ ਹੀ ਦਰਿਆਊ, ਇਹ ਟੈਸਟ ਰੱਖੋ। ਫਿਰ ਮਰਜ਼ੀ ਦਾ ਤੁਸੀਂ ਫੈਸਲੇ ਕਰਦੇ ਹੋ, ਗੱਲ ਕਰਦੇ ਹੋ ਗੁਰੂ ਦੀ, ਗੁਰੂ ਤਾਂ ਤੁਸੀਂ ਆਪ ਖੂਜੇ ਲਾਇਆ ਹੋਇਆ, ਦੁਨੀਆਂ ਕਦੇ ਜਾਣਦੀ ਨਹੀਂ, ਸਿੱਖੀ ਨਹੀਂ ਹੈ ਤੁਹਾਨੂੰ ਵੀ ਪਤਾ, ਫਿਰ ਰੌਲਾ ਪਾਉਣਾ ਸਿੱਖੀ ਹੈ ਨਹੀਂ, ਸਿੱਖੀ ਤਾਂ ਤੁਸੀਂ ਆਪ ਜੜ ਪੜਤੀ, ਸਿੱਖੀ ਆਪ ਨਹੀਂ ਛੱਡੀ। ਜਦ ਤੁਸੀਂ ਉੱਥੋਂ ਹੀ ਫਰਮਾਨ ਹੈ, ਉਲਟੇ ਯਾਰ ਹੁੰਦੇ ਨੇ ਸਿੱਖੀ ਦੇ ਖਿਲਾਫ ਹੁੰਦੇ ਨੇ। ਜਦੋਂ ਉੱਥੇ ਬੇਰੀਆਂ ਦੀ ਪੂਜਾ ਹੁੰਦੀ ਹੈ, ਹਰਿਮੰਦਰ ਸਾਹਿਬ ਮੂਰਤੀਆਂ ਜਗਾਤੀਆਂ, ਬੇਰੀਆਂ ਲਾਤੀਆਂ, ਉਹ ਮੂਰਤੀਆਂ ਤਾਂ ਜਗਾਤੀਆਂ, ਬੇਰੀਆਂ ਤਾਂ ਕੱਢਤੀਆਂ। ਉੱਥੇ ਬਾਬਾ ਦੀਪ ਸਿੰਘ ਜਿਹੜੀ ਉਹ ਹੈ, ਉਹ ਕੀ ਹੈ, ਉਹ ਵੀ ਮੂਰਤੀ ਪੂਜਾ ਹੀ ਹੈ, ਮੂਰਤੀ ਪੂਜਾ ਹੀ ਆ ਉਹ ਵੀ। ਇੱਕੋ ਹੀ ਗੱਲ ਹੈ, ਉਹ 'ਚ ਕੀ ਫਰਕ ਹੈ, ਅਜਾਇਬ ਘਰ 'ਚ ਕੀ ਲਾਈਆਂ ਹੋਈਆਂ ਨੇ ਮੂਰਤੀਆਂ, ਅਜਾਇਬ ਘਰ 'ਚ ਕੀ ਹੈ, ਮੂਰਤੀਆਂ ਤਸਵੀਰਾਂ ਮੂਰਤੀਆਂ ਹੁੰਦੀਆਂ ਨੇ,
ਇਹ ਸਭ ਮੂਰਤੀ ਪੂਜਾ ਹੈ, ਗੁਰਮਤਿ ਕੋਈ ਗੱਲ ਨਹੀਂ ਹੈ। ਨਿਕਲੀ ਨਿਕਲੀ ਮੱਥਾ ਫੋੜ ਕੇ ਦਸਮ ਪਾਤਸ਼ਾਹ, ਦਸਮ ਪਾਤਸ਼ਾਹ ਨੌਵੇਂ ਪਾਤਸ਼ਾਹ ਦੀ ਉੱਥੇ ਮੂਰਤੀ ਲਾ ਦਿੰਦਾ ਅਨੰਦਪੁਰ ਸਾਹਿਬ ਬਣਾ ਕੇ, ਇਹ ਲਾਉਂਦੇ ਨਹੀਂ ਹਨ। ਉਹਨਾਂ ਦੇਵੀ ਲਾਲ ਦੀ ਲਾਈ ਹੈ, ਇਹਨੇ ਲਾਈ ਹੈ ਦੇਵੀ ਲਾਲ ਦੀ ਆਪ ਬਾਦਲ ਨੇ ਬਣਾ ਕੇ। ਜਦ ਹੀ ਮਾਇਆਵਤੀ ਜਿਉਂਦੀ ਆਪਣੀ ਨੂੰ ਲਾਈ ਜਾਂਦੀ ਹੈ, ਕਾਸ਼ੀ ਰਾਮ ਹੁਣ ਮਰਿਆ ਉਹਦੀ ਲਾਤੀ, ਦਸਮ ਪਾਤਸ਼ਾਹ ਨੇ ਆਪਣੇ ਪਿਓ ਦੀ ਨਾਲ ਲਾਤੀ। ਪੈਸੇ ਨਹੀਂ ਸੀ ਕੋਲ, ਕੀ ਨਹੀਂ ਸੀ, ਸਾਰੇ ਬਾਈਧਾਰੀਏ ਰਾਜੇ ਲਾ ਦਿੰਦੇ ਮੂਰਤੀ ਨੂੰ। ਧਰਮ ਨਾਂ ਦੀ ਕਿੱਥੇ ਚੀਜ਼ ਹੈ? ਇਹ ਤਾਂ ਮੈਂ ਪਖੰਡ ਇਸ ਪਖੰਡ ਨੂੰ ਨਿਆਣੇ ਬੁੱਲਦੇ ਨਹੀਂ। ਪਖੰਡ ਤੋਂ ਬਾਗੀ ਹੋ ਗਏ ਸਿੱਖ, ਸਿੱਖੀ ਛੱਡ ਗਏ, ਇਹਨਾਂ ਦੀ ਕੋਈ ਸੁਣਦਾ ਹੈ ਗੱਲ? ਪਾਈ ਜਾਂਦੇ ਰੌਲਾ ਪਾਈ ਜਾਣ, ਕੌਣ ਪੁੱਛਦਾ ਇਹਨਾਂ ਨੂੰ? ਇਹ ਜੇ ਨਹੀਂ ਪੁੱਛਦੇ ਪਬਲਿਕ ਨੂੰ, ਤਾਂ ਪਬਲਿਕ ਇਹਨਾਂ ਨੂੰ ਵੀ ਨਹੀਂ ਪੁੱਛਦੀ। ਜੇ ਇਹਨਾਂ ਨੂੰ ਪਬਲਿਕ ਦੀ ਸਿੱਖੀ ਦੀ ਪਰਵਾਹ ਨਹੀਂ, ਸਿੱਖਾਂ ਦੀ ਭਾਵਨਾਵਾਂ ਦੀ ਪਰਵਾਹ ਨਹੀਂ, ਸਿੱਖਾਂ ਨੂੰ ਇਹਨਾਂ ਦੀ ਵੀ ਪਰਵਾਹ ਨਹੀਂ ਹੈ, ਤਾਂ ਦੋਵਾਂ ਨੂੰ ਹੁੰਦੀ ਹੈ ਪਰਵਾਹ? ਇਹਨਾਂ ਦੀ ਗੱਲ ਕੋਈ ਪਰਵਾਹ ਕਰਦਾ? ਕੋਈ ਨਹੀਂ ਕਰਦਾ, ਕੋਈ ਨਹੀਂ ਪੁੱਛਦਾ। ਜਿਵੇਂ ਹੁਣ ਲਿਖਦੇ ਨੇ ਸਪੋਕਸਮੈਨ, ਹੋਰ ਲਿਖਦੇ ਨੇ ਲੋਕ, ਸਪੋਕਸਮੈਨ ਬੰਦ ਕਰ ਦਿੰਦੇ, ਜਾ ਕੇ ਚੰਡੀਗੜ੍ਹ ਇੱਟ ਇੱਟ ਖੜਕਾ ਦਿੰਦੇ ਉਹਦੀ, ਜੇ ਲੋਕ ਮੰਨਦੇ ਹੁੰਦੇ ਅਕਾਲ ਤਖ਼ਤ ਨੂੰ, ਜੇ ਉੱਥੇ ਦੇ ਫੈਸਲੇ ਠੀਕ ਹੁੰਦੇ, ਇੱਟ ਇੱਟ ਕਰ ਦਿੰਦੇ ਜਾ ਕੇ ਉਹਦੀ ਦਫ਼ਤਰ ਦੀ। ਸਰਕਾਰ ਕੀ ਕਰ ਸਕਦੀ ਹੈ ਲੋਕਾਂ ਦੇ ਮੂਹਰੇ? ਇਹਨਾਂ ਦੇ ਆਪਣੇ ਲੱਛਣ ਠੀਕ ਨਹੀਂ ਹਨ। ਜੇ ਅਕਾਲ ਤਖ਼ਤ ਦੀ ਬੇਇੱਜ਼ਤੀ ਕਰਾਉਣ ਦੇ ਕਾਰਨ ਇਹ ਨੇ, ਇਹ ਕਰਾ ਰਹੇ ਨੇ ਲੋਕ, ਇਹਨਾਂ ਦੇ ਖਿਲਾਫ਼ ਲਿਖ ਰਹੇ ਨੇ। ਅਕਾਲ ਤਖ਼ਤ ਦੇ ਗੁਰਬਾਣੀ ਦੇ ਕੋਈ ਨਹੀਂ ਖਿਲਾਫ਼ ਲਿਖ ਰਿਹਾ, ਨਾ ਕੋਈ ਗੁਰੂ ਦੇ ਖਿਲਾਫ਼ ਬੋਲ ਰਿਹਾ, ਨਾ ਕੋਈ ਗੁਰਬਾਣੀ ਦੇ ਖਿਲਾਫ਼ ਬੋਲ ਰਿਹਾ, ਨਾ ਕੋਈ ਇਤਿਹਾਸ ਗੁਰੂ ਕਾ ਜਿਹੜਾ ਹੈ ਉਹਦੇ ਖਿਲਾਫ਼ ਬੋਲ ਰਿਹਾ, ਨਾ ਕੋਈ ਕਿਸੇ ਜਗ੍ਹਾ ਦੇ ਖਿਲਾਫ਼ ਬੋਲ ਰਿਹਾ, ਇਹਨਾਂ ਦੇ ਅਚਰਨ ਦੇ ਖਿਲਾਫ਼ ਬੋਲ ਰਹੇ ਨੇ। ਉਗਲੀ ਇਹਨਾਂ ਦੇ ਅਚਰਨ ਦੇ ਉੱਠਦੀ, ਕੋਈ ਕਿਸੇ ਦੇ ਖਿਲਾਫ਼, ਇਹ ਕੀ ਕਹਿੰਦੇ ਨੇ? ਇਹ ਬਹਾਨਾ ਲਾਉਂਦੇ ਨੇ ਗੁਰਮਤ ਤੋਂ ਖਿਲਾਫ਼ ਹੈ ਜੀ। ਗੁਰਮਤ ਕੀ ਹੈ ਪਤਾ ਤੁਹਾਨੂੰ? ਤੁਹਾਨੂੰ ਤਾਂ ਖੁਦ ਨਹੀਂ ਪਤਾ ਗੁਰਮਤ ਕੀ ਹੈ। ਗੁਰਮਤ ਤਾਂ ਉਹ ਬਿਜਲੀ ਹੈ ਜਿਹਦੀ ਕਰੰਟ ਤੁਹਾਨੂੰ ਜ਼ਿਆਦਾ ਲੱਗਦੀ ਹੈ, ਤੁਹਾਨੂੰ ਸ਼ੌਕ ਜ਼ਿਆਦਾ ਲੱਗਦਾ ਉਹਦਾ। ਪਬਲਿਕ ਨੂੰ ਨਹੀਂ ਇੰਨਾ ਸ਼ੌਕ ਲੱਗਦਾ ਜਿੰਨਾ ਤੁਹਾਨੂੰ ਲੱਗਦਾ, ਕਿ ਸਰਦਾਰੀ ਜਾਂਦੀ ਹੈ ਨਾ। ਅੱਜ ਮੈਂ ਰਾਕਸ਼ਿਸ਼ ਬੈਠੇ ਤੇ ਐਂ ਬੈਠੇ ਹੋ ਤੁਸੀਂ ਰੱਬ ਬਣੇ, ਆ ਰਾਕਸ਼ਿਸ਼ ਉੱਥੇ ਹੀ ਬੈਠੇ ਸੀ। ਦੇਵਤੇ ਆ ਰਾਕਸ਼ਿਸ਼ ਇੱਕੋ ਗੱਲ ਹੈ, ਜੇ ਦੇਵਤੇ ਹੋ ਤਾਂ ਵੀ ਉਹੀ ਹੋ, ਜੇ ਰਾਕਸ਼ਿਸ਼ ਹੋ ਤਾਂ ਵੀ ਉਹੀ ਹੋ। ਜੇ ਰਾਕਸ਼ਿਸ਼ ਮੰਨੋਗੇ ਤੁਸੀਂ ਘੱਟ ਅਪਰਾਧੀ ਹੋ, ਦੇਵਤੇ ਮੰਨੋਗੇ ਜ਼ਿਆਦਾ ਅਪਰਾਧੀ ਹੋ। ਦੇਵਤੇ ਮੰਨੋਗੇ ਜ਼ਿਆਦਾ ਅਪਰਾਧੀ ਹੋ, ਰਾਕਸ਼ਿਸ਼ ਮੰਨੋਗੇ ਘੱਟ ਅਪਰਾਧੀ ਹੋ। ਦੋਵਾਂ ਦੇ ਵਿੱਚੋਂ ਤੀਜੀ ਕੈਟਾਗਰੀ ਦੱਸੋ ਕਿਹੜੀ ਬਣਦੀ ਹੈ ਤੁਹਾਡੀ? ਤੀਜੀ ਕੈਟਾਗਰੀ ਬਣਾਓ ਆਪਣੀ ਕਿਹੜੀ ਹੈ? ਆਹ ਲੜਾਈ ਉੱਥੇ ਖੜੀ ਹੈ ਜਦੋਂ ਗੁਰਬਾਣੀ ਨੇ ਪ੍ਰਗਟ ਹੋਣਾ, ਕੋਈ ਗੁਰਮੁਖ ਪ੍ਰਗਟ ਹੋਣਾ, ਆਹੀ ਗੱਲ ਹੈ, ਆ ਉਹੀ ਦੱਸੀ ਹੋਈ ਹੈ। ਇਹ ਗੁਰੂ ਘਰ ਆਪ ਕਰਦਾ ਰਿਹਾ, ਇਹ ਉਹ ਲੜਾਈ ਹੈ ਜਿਹੜੀ ਕਬੀਰ ਨੇ ਲੜੀ ਹੈ, ਇਹ ਉਹ ਲੜਾਈ ਹੈ ਜਿਹੜੀ ਨਾਨਕ ਨੇ ਲੜੀ ਹੈ, ਇਹ ਉਹ ਲੜਾਈ ਹੈ ਜਿਹੜੀ ਭਗਤਾਂ ਨੇ ਲੜੀ ਹੈ, ਇਹ ਉਹ ਲੜਾਈ ਹੈ ਜਿਹੜੀ ਦਸਮ ਪਾਤਸ਼ਾਹ ਨੇ ਆਪ ਲੜੀ ਹੈ। ਇੱਥੇ ਤਾਂ ਹੋਰ ਗੱਲ ਲਿਖੀ ਹੈ, ਬੁਝਾਰਤ ਪਾ ਕੇ ਲਿਖੀ ਹੋਈ ਹੈ ਗੱਲ, ਆਪ ਮੂਹਰੇ ਨਹੀਂ ਹੋਏ। ਪਰਮੇਸ਼ਰ ਮੂਹਰੇ ਨਹੀਂ ਆਉਂਦਾ ਹੁੰਦਾ, ਆਪ ਕਰਦਾ ਆਪੇ ਹੁੰਦਾ ਸਭ ਕੁਛ। ਗੱਲ ਉਹਨਾਂ ਨੇ ਆਪਣੀ ਲਿਖੀ ਹੈ, ਮੂਹਰੇ ਕੁਛ ਹੋਰ ਰੱਖਿਆ ਹੋਇਆ। ਉਹ ਪਰਮੇਸ਼ਰ ਸਾਰੀ ਖੇਡ ਆਪ ਕਰ ਰਿਹਾ, ਮੂਹਰੇ ਸਾਨੂੰ ਕੀਤਾ ਹੋਇਆ। ਕਬੀਰ ਕਹਿ ਰਿਹਾ ਹੋ ਕੂਕਰ ਤੇਰੇ ਦਰਬਾਰ, ਭੌਂਕੇ ਆ ਗਏ ਬਦਲ ਪਸਾਰ। ਉਹ ਸਰੀਰ ਹੈ ਹੋਰ ਹੈ ਸਾਡਾ, ਉਹ ਰੱਖੀ ਹੈ ਚੰਡੀ ਮੂਹਰੇ, ਇਹ ਨੀਤੀ ਹੈ। ਚੰਡੀ ਨਾ ਕਦੇ ਹੋਈ ਆ ਨਾ ਹੋਣੀ ਹੈ, ਪ੍ਰਗਟ ਉਹਦੇ ਅੰਦਰ ਹੋਈ ਹੋਈ ਹੈ ਚੰਡੀ ਬੁੱਧੀ, ਵਿਵੇਕ ਬੁੱਧੀ। ਜਿੱਥੇ ਵਿਵੇਕ ਬੁੱਧੀ ਹੋਊ ਇਹੀ ਕੰਮ ਕਰੂ ਉਹ। ਇਹ ਤਾਂ ਬੁਝਾਰਤ ਹੈ, ਦੱਸੀ ਉਹਨਾਂ ਨੇ ਆਪਣੀ ਗੱਲ, ਆਪਣੀ ਕਹਿ ਨਹੀਂ ਸਕਦੇ। ਚੰਡੀ ਨੂੰ ਪਾਤਰ ਬਣਾ ਕੇ ਗੱਲ ਕੀਤੀ ਹੋਈ ਹੈ। ਨਿਕਲੀ ਮੱਥਾ ਫੋੜ ਕੇ ਜਨ ਫਤਿਹ ਨਿਸ਼ਾਨ ਬਜਾਏ, ਨਿਕਲੀ ਮੱਥਾ ਫੋੜ ਕੇ ਪਿੱਛੋ ਪੜ ਸੂਰੀ ਸੰਗਰ ਰਚਿਆ, ਢੋਲ ਢੋਲ ਸੰਖ ਨਗਾਰੇ ਬਾਹ ਕੇ, ਚੰਡੀ ਚਤਾਰੀ ਕਾਲਕਾ, ਚੰਡ ਚਤਾਰੀ ਕਾਲਕਾ, ਚੰਡ ਚੰਡ ਚਤਾਰੀ ਕਾਲਕਾ, ਚੰਡ ਚਤਾਰੀ ਦਾ ਮਤਲਬ ਹੈ ਪ੍ਰਚੰਡ ਰੂਪ ਧਾਰਨ ਕਰ ਲਿਆ।
ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਪ੍ਰਚੰਡ ਰੂਪ ਧਾਰਨ ਕਰ ਲਿਆ। ਪੂਰਨ ਜੋਤ, ਪੂਰਨ ਜੋਤ ਦੇ ਭਾਵਨਾ ਚ ਆ ਗਈ। ਪਹਿਲਾਂ ਤਾਂ ਉਹਨਾਂ ਦੇ ਲੈਵਲ ਤੇ ਉਹਨਾਂ ਨੂੰ ਜਵਾਬ ਦਿੱਤਾ।